ਸਾਰਿਆਂ ਨੂੰ ਮੇਰੀ ਗਵਾਹੀ ਇਹ ਹੈ ਕਿ ਮੇਰੇ ਪਹਿਲਾਂ ਗੁੜੀਆ ਸੀ ਅਤੇ 6 ਸਾਲ ਬਾਅਦ ਮੇਰਾ ਬੱਚਾ ਨਹੀਂ ਹੋਇਆ। ਮੈਂ ਚਰਚ ਵਿੱਚ ਆਈ, ਮੇਰੇ ਫਿਰ ਪ੍ਰਭੂ ਨੇ ਸੁਣੀ ਅਤੇ ਮੇਰਾ ਬੇਟਾ ਹੋਇਆ। ਉਸ ਤੋਂ ਬਾਅਦ ਮੇਰੇ ਪਤੀ ਦਾ ਬਾਹਰ ਦਾ ਕੰਮ ਨਹੀਂ ਸੰਭਾਲਦਾ ਅਤੇ ਫਿਰ ਉਹ ਬਾਹਰ ਇੱਥੇ ਅਸੀਂ ਪ੍ਰਭੂ ਕੋਲ ਆਏ ਅਤੇ ਸਾਡਾ ਕੰਮ ਬਣਿਆ। ਹੁਣ ਇਸ ਟਾਈਮ ਮੈਂ ਅਮਰੀਕਾ ਬੈਠੀ ਹਾਂ। ਸਾਰਿਆਂ ਨੂੰ ਚਾਹੀਦਾ।